ਹਾਈ, ਵੈਲਕਮ ਬੈਕ ਟੂ ਆਰ ਚੈਨਲ। ਔਰ ਅਸੀਂ ਗੱਲ ਕਰ ਰਹੇ ਸੀਗੇ ਨੈਪੋਲੀਅਨ ਹਿੱਲ ਦੇ ਪ੍ਰਿੰਸੀਪਲਸ ਆਫ ਸਕਸੈਸ, ਉਸਦੇ ਸਿਧਾਂਤ ਜੋ ਕਹਿ ਰਹੇ ਨੇ ਕਿ ਵੀ ਜੇ ਤੁਸੀਂ ਉਹਨਾਂ ਨੂੰ ਫੋਲੋ ਕਰਨਗੇ ਤਾਂ ਤੁਸੀਂ ਬਿਲਕੁਲ ਆਪਣੀ ਲਾਈਫ ਦੇ ਵਿੱਚ ਕਾਮਯਾਬ ਜ਼ਰੂਰ ਹੋਵੋਗੇ। ਸੋ ਆਪਾਂ ਪਹਿਲੇ ਸਿਧਾਂਤ ਦੀ ਗੱਲ ਕੀਤੀ ਲਾਸਟ ਵੀਡੀਓ ਦੇ ਵਿੱਚ, ਜਿੱਥੇ ਉਹਨਾਂ ਨੇ ਲਿਖਿਆ ਸੀ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਐਗਜੈਕਟਲੀ ਤੁਸੀਂ ਕੀ ਆਪਣੀ ਲਾਈਫ 'ਚ ਕਰਨਾ ਚਾਹੁੰਦੇ ਹੋ। ਦੇਰ ਵਾਜ਼ ਲਾਈਕ ਯੂ ਸ਼ੁੱਡ ਬੀ ਵਰਕਿੰਗ ਟੂਵਰਡਸ ਅ ਡੈਫੀਨੇਟਿਵ ਪਰਪਸ, ਯਾਨੀ ਕਿ ਇੱਕ ਟੀਚਾ ਹੋਣਾ ਚਾਹੀਦਾ ਜਿਹੜਾ ਕਿ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਬ੍ਰੇਨ ਦੇ ਵਿੱਚ ਕਿ ਤੁਹਾਨੂੰ ਕੀ ਚਾਹੀਦਾ, ਅਤੇ ਤੁਸੀਂ ਉਹਦੇ 'ਤੇ ਕੰਮ ਕਰੋ। ਜਿਹੜਾ ਦੂਸਰਾ ਪ੍ਰਿੰਸੀਪਲ ਹੈ ਉਹਦਾ ਨਾਮ ਹੈ ਮਾਸਟਰ ਮਾਇੰਡ ਪ੍ਰਿੰਸੀਪਲ। ਇਹਦਾ ਮਤਲਬ ਇਹ ਹੈ ਕਿ ਵੀ ਦਿਮਾਗ ਇੱਕ ਦਾ ਕੰਮ ਹੀ ਕਰਦਾ, ਲੇਕਿਨ ਉਸ ਦਿਮਾਗ ਨਾਲ ਜਦੋਂ ਬਾਕੀ ਦੇ ਦਿਮਾਗ ਆ ਕੇ ਜੁੜਦੇ ਨੇ ਤਾਂ ਉਹਦਾ ਜਿਹੜਾ ਇਫੈਕਟ ਹੁੰਦਾ ਉਹ ਬਹੁਤ ਜ਼ਿਆਦਾ ਮਲਟੀਪਲਾਈ ਹੋ ਜਾਂਦਾ। ਜਿਵੇਂ ਆਪਣੇ ਪੰਜਾਬੀ 'ਚ ਵੀ ਕਹਿ ਦਿੰਦੇ ਨੇ ਕਿ ਵੀ ਇੱਕ ਨਾਲ ਇੱਕ 11 ਹੁੰਦੇ ਨੇ, ਇੱਕ ਨਾਲ ਇੱਕ 2 ਨਹੀਂ ਹੁੰਦੇ, ਇੱਕ ਨਾਲ ਇੱਕ 11 ਹੁੰਦੇ ਨੇ। ਸੋ ਇਹ ਪ੍ਰਿੰਸੀਪਲ ਕਹਿੰਦਾ ਹੈ ਕਿ ਵੀ ਤੁਸੀਂ ਕੋਲੈਬੋਰੇਸ਼ਨਸ ਕਰੋ ਉਹਨਾਂ ਨਾਲ ਜਿਹਨਾਂ ਨੇ ਉਹ ਅਚੀਵ ਕੀਤਾ ਹੋਇਆ ਹੈ ਜਾਂ ਕਰਨ ਜਾ ਰਹੇ ਨੇ, ਜਿਹਨਾਂ ਦੀ ਸੇਮ ਇੱਛਾ ਜੋ ਤੁਹਾਡੀ ਹੈ। ਤੁਸੀਂ ਦੇਖੋਗੇ ਜਿੰਨੀਆਂ ਵੀ ਅੱਛੀਆਂ ਕੰਪਨੀਆਂ ਨੇ, ਸਕਸੈਸਫੁਲ ਲੋਕ ਨੇ, ਉਹਨਾਂ ਨੇ ਇਕੱਲੇ ਨਹੀਂ ਉਹ ਚੀਜ਼ ਅਚੀਵ ਕੀਤੀ। ਜ਼ਿਆਦਾਤਰ ਲੋਕਾਂ ਨੇ ਦੂਸਰੇ ਲੋਕਾਂ ਦੇ ਨਾਲ ਕੋਲੈਬੋਰੇਸ਼ਨ ਕਰਕੇ, ਕਿਸੇ ਹੋਰ ਇਨਸਾਨ ਦੇ ਨਾਲ ਹੱਥ ਜੋੜ ਕੇ, ਮੋਢੇ ਨਾਲ ਮੋਢਾ ਲਾ ਕੇ ਕੰਮ ਕਰਕੇ ਹੀ ਉਹ ਸਕਸੈਸ ਜਿਹੜੀ ਹੈ ਉਹ ਪਾਈ ਹੈ। ਸੋ ਜੇ ਕੋਈ ਤੁਹਾਡੇ ਵਿੱਚ ਕਮੀ ਹੈ ਕਿਸੇ ਤਰ੍ਹਾਂ ਦੀ, ਜੇ ਤੁਸੀਂ ਮੰਨ ਲਓ ਕਿ ਵੀ ਤੁਹਾਡੇ 'ਚ ਪੈਸੇ ਦੀ ਕਮੀ ਹੈ, ਤਾਂ ਤੁਸੀਂ ਲੱਭੋ ਬੰਦਾ ਜਿਹਦੇ ਜਿਹੜਾ ਕਿ ਖੁਸ਼ ਹੋਵੇ ਤੁਹਾਡੇ 'ਤੇ ਇਨਵੈਸਟ ਕਰਕੇ, ਤਾਂ ਜੋ ਤੁਸੀਂ ਉਹਦੀ ਇਨਵੈਸਟਮੈਂਟ ਦੇ ਨਾਲ ਆਪ ਕੰਮ ਕਰਕੇ, ਮਿਹਨਤ ਕਰਕੇ ਕੁਝ ਕਰ ਸਕੋ। ਜੇ ਤੁਹਾਡੇ ਕੋਲ ਕਹਿ ਲਓ ਕਿਸੇ ਐਜੂਕੇਸ਼ਨ ਦੀ ਕਮੀ ਹੈ, ਜਿਵੇਂ ਕਿ ਜੇ ਤੁਸੀਂ ਕੋਈ ਟੈਕਨੀਕਲ ਕੰਮ ਕਰਨਾ, ਤੁਹਾਨੂੰ ਕੋਡਿੰਗ ਨਹੀਂ ਆਉਂਦੀ, ਜਾਂ ਤੁਸੀਂ ਕੋਈ ਇੱਦਾਂ ਦਾ ਸਪੈਸੀਫਿਕ ਕੰਮ ਕਰਨਾ ਆ, ਤੁਸੀਂ ਲਾ ਲਓ ਕਿ ਤੁਸੀਂ ਡਾਕਟਰ ਨਹੀਂ ਲੇਕਿਨ ਤੁਸੀਂ ਕਲੀਨਿਕ ਖੋਲ੍ਹਣਾ ਆ, ਤਾਂ ਤੁਸੀਂ ਕੰਮ ਕਰੋ ਡਾਕਟਰਾਂ ਨਾਲ, ਦਿਮਾਗ ਕਿਸੇ ਹੋਰ ਦਾ ਬੋਰੋ ਕਰੋ, ਕਿ ਐਜੂਕੇਸ਼ਨ ਕਿਸੇ ਹੋਰ ਦੀ ਬੋਰੋ ਕਰੋ, ਅਤੇ ਆਪ ਮਿਹਨਤ ਕਰੋ ਉਹਨਾਂ ਦੇ ਨਾਲ, ਜਿਵੇਂ ਮੋਢੇ ਨਾਲ ਮੋਢਾ ਲਾ ਕੇ ਚੱਲੋ ਤਾਂ ਜ਼ਰੂਰ ਕਾਮਯਾਬੀ ਮਿਲਦੀ ਹੈ। ਸੋ ਆਪਣੀ ਜ਼ਿੰਦਗੀ ਦੇ ਵਿੱਚ ਲੱਭੋ ਲੋਕ ਜਿਹੜੇ ਕਿ ਸੇਮ ਇੰਥੂਜ਼ੀਆਜ਼ਮ ਰੱਖਦੇ ਹੋਣ, ਜਿਹੜੇ ਕਿ ਸੇਮ ਟੀਚਾ ਰੱਖਦੇ ਹੋਣ, ਜਿਹਨਾਂ ਕੋਲ ਤੁਹਾਡੇ ਤੋਂ ਕੰਪਲੀਮੈਂਟਰੀ ਸਕਿੱਲਸ ਹੋਣ, ਜਿਹੜੀ ਚੀਜ਼ ਦੀ ਤੁਹਾਡੇ 'ਚ ਕਮੀ ਹੈ ਲੇਕਿਨ ਉਹਨਾਂ 'ਚ ਹੈ, ਤੁਸੀਂ ਉਹਨਾਂ ਦੇ ਨਾਲ ਹੱਥ ਮਿਲਾਓ, ਉਹਨਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਆਪਣੀ ਕਾਮਯਾਬੀ ਵੱਲ ਪੈਰ ਵਧਾਓ। ਅਤੇ ਇਹਨੂੰ ਕਹਿੰਦੇ ਨੇ ਮਾਸਟਰ ਮਾਇੰਡ, ਕਿ ਤੁਸੀਂ ਇੱਕ ਇਕੱਲਾ ਬ੍ਰੇਨ ਯੂਜ਼ ਨਾ ਕਰੋ, ਨਾਲ ਆਪਣੇ ਹੋਰ ਬ੍ਰੇਨਾਂ ਨੂੰ ਨਾਲ ਲੈ ਕੇ ਚੱਲੋ, ਯੂਨੋ ਇਕੱਠੇ ਹੋ ਕੇ ਕੰਮ ਕਰੋ ਤਾਂ ਜੋ ਤੁਸੀਂ ਅੱਗੇ ਵੱਧ ਸਕੋ, ਹੈ ਨਾ। ਤੋ ਇਹ ਉਹਦਾ ਪ੍ਰਿੰਸੀਪਲ 2 ਹੈ। ਪਹਿਲਾ ਇਹ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਜ਼ਿੰਦਗੀ 'ਚ ਕਰਨਾ ਕੀ ਹੈ, ਅਤੇ ਫਿਰ ਉਹਦੇ ਪ੍ਰਤੀ ਕੰਮ ਕਰਨਾ ਹੈ। ਦੂਸਰਾ, ਇਕੱਲੇ ਕਰਨਾ ਬਹੁਤ ਔਖਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਵੀ ਤੁਹਾਨੂੰ ਸਕਸੈਸ ਛੇਤੀ ਮਿਲੇ, ਜਿਹੜਾ ਕੰਮ ਤੁਸੀਂ 10 ਸਾਲ 'ਚ ਇਕੱਲੇ ਕਰਨਾ ਆ, ਉਹ ਤੁਸੀਂ ਕੰਮ 2 ਸਾਲਾਂ ਦੇ ਵਿੱਚ ਲੋਕਾਂ ਨਾਲ ਹੱਥ ਮਿਲਾ ਕੇ, ਆਪਣੇ ਨਾਲ ਕਿਸੇ ਨੂੰ ਨਾਲ ਲੈ ਕੇ ਕਰ ਸਕਦੇ ਹੋ। ਸਟਾਰਟਅਪ 'ਚ ਕੰਸੈਪਟ ਆ ਜਾਂਦਾ ਕੋ ਫਾਊਂਡਰ ਦਾ, ਜੇ ਤੁਸੀਂ ਅੱਛਾ ਕੋ ਫਾਊਂਡਰ ਲੱਭ ਲੈਂਦੇ ਹੋ ਤੁਹਾਡੀ ਕਾਮਯਾਬੀ ਸੌਖੀ ਹੋ ਜਾਂਦੀ ਹੈ। ਐਵੇਂ ਹੀ ਜੇ ਕੋਈ ਹੁਣ ਦਿਲਜੀਤ ਦੋਸਾਂਝ ਦੀ ਐਗਜ਼ਾਮਪਲ ਲੈ ਲਓ, ਠੀਕ ਹੈ, ਉਹ ਬਹੁਤ ਹੀ ਗੁੱਡ ਯੂਨੋ ਟੈਲੈਂਟ ਵਾਲਾ ਬੱਚਾ ਹੈਗਾ, ਜਾਂ ਯੂਨੋ ਹੀ ਇਜ਼ ਅ ਗੁੱਡ ਆਰਟਿਸਟ, ਲੇਕਿਨ ਉਹਦੇ ਨਾਲ ਜਦੋਂ ਉਹਦੇ ਟੀਮ ਆ ਕੇ ਜੁੜੀ ਹੈ, ਜਦੋਂ ਉਹਦੇ ਨਾਲ ਆ ਕੇ ਉਹ ਲੇਡੀ ਆ ਕੇ ਜੁੜੀ ਹੈ ਜਿਹੜੀ ਕਿ ਉਹਦੇ ਸਾਰੇ ਪ੍ਰੋਗਰਾਮਸ ਨੂੰ ਅਰੇਂਜ ਕਰਦੀ ਹੈ, ਉਹਨੂੰ ਮੈਨੇਜ ਕਰਦੀ ਹੈ, ਤਾਂ ਉਹਦੀ ਸਕਸੈਸ ਦੁੱਗਣੀ ਚੌਗਣੀ 10 ਗੁਣਾ ਹੋ ਗਈ ਹੈ। ਸੋ ਇਸੇ ਤਰ੍ਹਾਂ ਲੱਭੋ ਕੋਈ ਇਹੋ ਜਿਹਾ ਇਨਸਾਨ ਜਿਹਦੇ ਨਾਲ ਤੁਸੀਂ ਹੱਥ ਮਿਲਾ ਸਕੋ, ਜਿਹੜਾ ਕਿ ਤੁਹਾਡੀ ਸੋਚ ਨਾਲ ਮਿਲਦੀ ਸੋਚ ਰੱਖਦਾ ਹੋਵੇ, ਜਿਹਦੇ ਕੋਲ ਤੁਹਾਡੇ
ਕੰਪਲੀਮੈਂਟਰੀ ਸਕਿੱਲਸ ਹੋਣ, ਜਿਸ ਚੀਜ਼ ਦੀ ਕਮੀ ਤੁਹਾਡੇ ਕੋਲ ਉਸ ਕੋਲ ਹੋਵੇ ਉਹਦੇ ਨਾਲ ਹੱਥ ਮਿਲਾਵੋ, ਅੱਗੇ ਵਧੋ। ਸੋ ਇਹ ਹੈ ਉਹਦਾ ਸੈਕਿੰਡ ਪ੍ਰਿੰਸੀਪਲ ਜੋ ਕਿ ਸੀਗਾ ਮਾਸਟਰ ਮਾਈਂਡ ਪ੍ਰਿੰਸੀਪਲ। ਸੋ ਆਪਾਂ ਨੈਕਸਟ ਲੈ ਕੇ ਆਵਾਂਗੇ ਉਹਦਾ ਥਰਡ ਪ੍ਰਿੰਸੀਪਲ, ਅਤੇ ਇਸਦੀ ਵੀਡੀਓ ਆਪਾਂ ਨੈਕਸਟ ਕਰਾਂਗੇ।